ਨਾਭਾ ਪਟਿਆਲਾ ਰੋਡ ਸਥਿਤ ਪਿੰਡ ਰਾਖੜਾ ਵਿਖੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਾਖੜਾ ਵੱਲੋਂ ਆਪਣੀ ਮਾਤਾ ਜਸਵੰਤ ਕੌਰ ਧਾਲੀਵਾਲ ਦੀ ਨੌਵੀਂ ਬਰਸੀ ਮਨਾਈ ਗਈ। ਇਸ ਮੌਕੇ ਪੰਜਾਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਹਾਜ਼ਰੀ ਲਗਾਈ ਗਈ। ਬਰਸੀ ਮੌਕੇ ਇਲਾਕਾ ਦੇ ਲੋਕਾਂ ਵੱਲੋਂ ਮਾਤਾ ਦੀ ਬਰਸੀ ਮੌਕੇ ਪਹੁੰਚ ਕੇ ਹਾਜ਼ਰੀ ਲਗਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮਾਤਾ ਪਿਤਾ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਅਣਕਾਨੂੰਨੀ ਸਥਿਤੀ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਹਨ। ਜੋ ਸਾਡੀ ਸਰਕਾਰ ਨੇ ਵਿਕਾਸ ਕਾਰਜਾਂ 'ਤੇ ਪੈਸਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਦਿੱਤਾ ਸੀ, ਉਹ ਸਾਰਾ ਕੈਪਟਨ ਸਰਕਾਰ ਨੇ ਵਾਪਸ ਲੈ ਲਿਆ ਹੈ। ਅਤੇ ਮੈਂ ਕਹਿ ਸਕਦਾ ਕਿ ਜਿੰਨਾ ਕੁਛ ਪਿਛਲੀ ਸਰਕਾਰ ਦੇ ਸਮੇਂ ਪੰਜਾਬ ਦੀ ਡਿਵੈਲਪਮੈਂਟ 'ਤੇ ਖਰਚ ਕੀਤਾ ਗਿਆ, ਇਹ 30 ਸਾਲਾਂ ਵਿੱਚ ਨਹੀਂ ਕਰ ਸਕੇ। ਇਸ ਕਰਕੇ ਇਹ ਤਾਂ ਸਰਕਾਰ ਦੇ ਯਤਨ ਹੁੰਦਾ ਹੈ, ਕੋਈ ਆਪਣੀ ਪਲੈਨਿੰਗ ਇਸ ਤਰ੍ਹਾਂ ਦੀ ਕਰੇ ਕਿ ਵੱਧ ਤੋਂ ਵੱਧ ਪੈਸਾ ਲੋਕਾਂ ਤੱਕ। ਹੁਣ ਇਹ ਮੈਨੂੰ ਅਫਸੋਸ ਹੈ, ਮੈਂ ਕੋਈ 70 ਸਾਲ ਦੀ ਸਰਕਾਰਾਂ ਕਈ ਆਈਆਂ ਕਈ ਗਈਆਂ, ਕਿਸੇ ਇਹ ਨਹੀਂ ਆਖਿਆ ਕਿ ਜਿਹੜੇ ਪੈਸੇ ਅੱਗੇ ਦੇ ਚੁੱਕੇ ਹੈ, ਪ੍ਰੋਜੈਕਟ ਮਨਜ਼ੂਰ ਹੋ ਗਏ ਹੈ, ਉਹਨਾਂ ਦੇ ਟੈਂਡਰ ਹੋ ਚੁੱਕੇ ਹੈ, ਅੱਧੇ ਅੱਧੇ ਕੰਮ ਹੋ ਚੁੱਕੇ ਹੈ, ਉਹ ਸਾਰੇ ਵਾਪਸ ਕਰ। ਇਹਨਾਂ ਨੇ ਪੰਚਾਇਤਾਂ ਤੋਂ ਜਾਂ ਹੋਰ ਮਹਿਕਮਿਆਂ ਕੋਲ ਜਿਹੜੇ ਪੈਸੇ ਸਨ, ਜਿੱਥੇ ਕੰਮ ਸੀ ਉੱਥੇ ਖੜਾ ਕਰਦਾ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ ਦੇ ਲਈ।